ਮੈਂ ਆਵਦੀ ਮਰਜ਼ੀ ਨਾਲ ਛੂਰੀ ਨਾਲ ਦਾ ਡਿਜ਼ਾਈਨਿੰਗ ਬਣਾ ਲਿਆ। ਵਿਦਆਊਟ oven ਆਪਾਂ ਪਤੀਲੇ 'ਚ ਹੀ ਬੇਕ ਕਰਾਂਗੇ। ਉਹ ਵੀ ਕੁਇਕ ਮੈਥਡ ਦੇ ਨਾਲ ਬਹੁਤ ਹੀ ਕ੍ਰਿਸਪੀ ਬਿਸਕਟ ਬਣੇ ਸੀਗੇ ਤੇ ਖਾਣ 'ਚ ਵੀ ਬਹੁਤ ਡੇਲੀਸ਼ੀਅਸ ਸੀ। ਮੈਂ ਖਾ ਤੋੜ ਕੇ ਵੀ ਖਾਦਾ ਵੇਖੋ ਕਿੱਡੇ ਕ੍ਰਿਸਪੀ ਤੇ ਕਰੰਚੀ ਬਣੇ ਆ। ਕੁਇਕ ਰੈਸਪੀ ਹੈ ਆਟਾ ਚੀਨੀ ਕਿਉਂ ਹੋ ਚਾਹੀਦਾ ਵਾ ਤੇ ਅਸਸਲਾਮੁਅਲੈਕੁਮ ਆਟੇ ਦੇ ਬਿਸਕਟ ਬਣਾ ਲਈ ਆਪਾਂ ਨੂੰ ਸਿਰਫ 3 ਇੰਗਰੀਡੀਅੰਟਸ ਚਾਹੀਦੇ ਆ ਉਹ ਜਿਹੜੇ ਘਰ ਆਲਰੇਡੀ ਮੌਜੂਦ ਹੁੰਦੇ ਆ। ਇੱਕ ਫੁੱਲ ਟੀਸੀ ਲਾਵਾਂ ਕੱਪ ਮੈਂ ਆਟੇ ਦਾ ਲਿਆਵਾ। ਇਹ ਤੋਂ ਇਲਾਵਾ ਡੱਡ ਇੱਕ ਵੱਡਾ ਜਿਹਾ ਬੌਲਾ ਲਿਆ ਲਿਆ ਵਾ ਆਟਾ ਸ਼ਾਮਿਲ ਕਰਾਂਗੇ ਉਤੋਂ ਬਾਅਦ ਪੀਸੀ ਹੋਈ ਚੀਨੀ ਸ਼ਾਮਿਲ ਕਰਾਂਗੇ ਚੀਨੀ ਜਿਹੜਿਆ ਅਕੋਰਡਿੰਗ ਟੂ ਟੇਸਟ ਸ਼ਾਮਿਲ ਕਰਨੀ ਹੈ ਮੈਂ 4 ਟੂ 5 ਟੇਬਲस्पून ਦੇ ਬਰਾਬਰ ਨਾ ਪੀਸੀ ਹੋਈ ਚੀਨੀ ਸ਼ਾਮਿਲ ਕੀਤੀ ਹੈ ਇੱਕ ਫੁੱਲ ਉਛਲ ਦੇ ਕੱਪ ਚ ਤੇ ਇਹਨੂੰ ਨਾ ਆਪਾਂ ghee ਚ ਗੁੰਨਣਾ ਵਾ ਸਭ ਤੋਂ ਪਹਿਲਾਂ ਚੀਨੀ ਤੇ ਆਟੇ ਨੂੰ ਨਾ ਚੰਗੀ ਤਰ੍ਹਾਂ ਰਲਾ ਲੈਂਗੇ ਤੇ ਉਤੋਂ ਬਾਅਦ ਆਪਾਂ ਕਿਉਂ ਚ ਇਹਨੂੰ ਗੁੰਨਾਂਗੇ ਤੇ ਤੁਸੀਂ ਓਨੀ ਦੇਰ ਚ ਜਲਦੀ ਵਾਲੀ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਨਾਰੀ ਕਹਿੰਦੇ ਮਜਾ ਲਓ ਇਨੂੰ ਆਮ ਨਾਲ ਨੋਰਮਲ ਆਟੇ ਵਾਂਗੂ ਹੀ ਗੁੰਨਣਾ ਵਾ ਔਰ ਮੈਂ ਪੋਨਾ ਕੱਪ ਘੀਲਿਆ ਵਾ ਲੇਕਿਨ ਇਹ ਸਾਰਾ ਯੂਜ਼ ਨਹੀਂ ਹੋਏਗਾ ਇਸ ਵਿੱਚੋਂ ਥੋੜਾ ਸਾ ਬਾਚ ਜਾਏਗਾ ਉਹ ਬਾਚ ਮੈਂ ਰੋਟੀਆਂ ਤੇ ਲਾ ਲਾਂਗੀ ਇੱਥੇ ਜ਼ਿਆਨ ਕਾਕੇ ਦਾ ਤੁਹਾਨੂੰ ਹੱਥ ਵੀ ਨਜ਼ਰ ਆਇਆ ਹੋਣਾ ਕਹਿੰਦਾ ਫੂਫੀ ਆਪ ਗੁੰਨੇ ਤਾਂ ਮੈਂ ਕਿਉਂ ਡਾਲਦਾ ਹਾਂ ਮੈਂ ਕਹਾ ਤੂੰ ਪਰੇ ਹੋ ਜਾ ਮੇਰਾ ਕੰਮ ਖਰਾਬ ਕਰੇਗਾ ਮੈਨੂੰ ਬਿਸਕਟ ਬਣਾਉਣ ਦੇ ਮੈਂ ਤੈਨੂੰ ਬਿਸਕਟ ਬਣਾ ਕੇ ਖਵਾਣੇ ਦੇ ਤੂੰ ਚੁੱਪ ਕਰਕੇ ਉੱਥੇ ਬਹਿ ਜਾ ਗੀ ਚੈੱਕ ਕਰਨ ਦਾ ਤਰੀਕਾ ਤੁਹਾਨੂੰ ਦੱਸ ਰਹੀ ਸੀ ਇਹਦਾ ਮੁਠੀ ਚ ਪਾ ਕੇ ਨਾ ਤੁਸੀਂ ਚੈੱਕ ਕਰਨਾ ਅਗਰ ਤਾਂ ਜੋੜਿਆ ਹੋਏਗਾ ਇਹਦਾ ਮਤਲਬ ਆਪਾਂ ਗੀ ਸਹੀ ਸ਼ਾਮਲ ਕੀਤਾ ਅਗਰ ਥੋੜਾ ਜਿਹਾ ਘੱਟ ਹੋਏਗਾ ਪੁਰਪੁਰਾ ਜਿਹਾ ਹੋਏਗਾ ਤੇ ਤੁਸੀਂ ਥੋੜਾ ਜਿਹਾ ਹੋਰ ਗੀ ਸ਼ਾਮਲ ਕਰਨਾ ਤੇ ਉਹਨੂੰ ਦੁਬਾਰਾ ਗੁੰਨਣਾ ਵਾ ਪ੍ਰੋਪਰਲੀ ਆਟੇ ਵਾ ਕੋ ਤਨੇ ਸੀ ਇਨੂੰ ਗੁੰਨਿਆ ਲੇਕਿਨ ਹਲਕਾ ਫੁਲਕਾ ਰਫਲੀ ਹੀ ਤਾਂ ਗੁੰਨ ਗੁੰਨ ਕੇ ਨਾ ਇਹਨੂੰ 20 ਮਿੰਟ ਵਾਸਤੇ ਰੈਸਟ ਤੇ ਰੱਖਤਾ ਵਾ ਮੈਂ ਕਿਹਾ ਥੋੜਾ ਤੂੰ ਰੈਸਟ ਕਰ ਥੱਕ ਗਿਆ ਹੁਣ ਗੁੰਨੀ ਜਕੇ ਤੇ ਉਨੀ ਦੇਡ ਨੂੰ ਮੈਂ ਬੇਕਿੰਗ ਟ੍ਰੇ ਲਈ ਆ ਇਹਨੂੰ ਆਇਲ ਨਾਲ ਗ੍ਰੇਸ ਕਰ ਲਓ ਜਾਂ ਮੇਰੇ ਕੋ ਡਾਲਡਾ ਕੀ ਥੋੜਾ ਜਿ ਬਚ ਗਿਆ ਸੀ ਇਦਾਂ ਹੀ ਮੈਂ ਗ੍ਰੇਸ ਕਰ ਲਿਆ ਤੇ ਟਿਸ਼ੂ ਦੀ ਮਦਦ ਨਾਲ ਗ੍ਰੇਸ ਕਰ ਲਿਆ ਮੈਂ ਕਿਹਾ ਹੁਣ ਬਰਸ਼ ਕੱਢਾਂ ਫਿਰ ਬਾਅਦ ਵਿੱਚ ਨੂੰ ਧੋਣਾ ਪਏਗਾ ਤੇ ਬਰਸ਼ ਰੈਨ ਨਹੀਂ ਦਿੰਨੀ ਅੱਛਾ ਮੇਰੀ ਇੱਕ ਸਿਸਟਰ ਪੁੱਛਦੀ ਸੀ ਆਪੀ ਆਪਨੇ ਨਾ ਇਹ ਜੋ ਬਰਸ਼ ਤੇ ਆਇਲ ਬ ਉਹ ਤਾਂ इजीली ਗ੍ਰੋਸਰੀ ਸਟੋਰ ਤੋਂ ਵੀ ਨਾ ਮਿਲ ਜਾਂਦਾ ਵਾ ਆ ਵਹਾਂ ਸੇ ਵੀ ਲੈ ਸਕਤੀ ਹੈ ਬਿਸਕੁਟ ਬਣਾ ਲੈ ਕੋਈ ਸਪੈਸੀਫਿਕ ਸਾਈਜ਼ ਨਹੀਂ ਹੈ ਆਪਦੀ ਮਰਜ਼ੀ ਨਾਲ ਵੱਡੇ ਛੋਟੇ ਬਣਾ ਸਕਦੇ ਹੋ ਲੇਕਿਨ ਮੈਂ ਤਾਂ ਨਿੱਕਾ ਜਿਹਾ ਪੇੜਾ ਲਿਆ ਸੀ ਜਿੱਡਾ ਗੁਲਾਬ ਚਮਨ ਨਹੀਂ ਹੁੰਦਾ ਤੇ ਓਡਾ ਕੀ ਪੇੜਾ ਲੈ ਕੇ ਨਾ ਉਹਨੂੰ ਟਿੱਕੀ ਵਾਂਗੂ ਬੇਲ ਲਿਆ ਵਾ ਯਾਨੀ ਕਿ ਗੋਲ ਗੋਲ ਤੇ ਡਿਜ਼ਾਈਨਿੰਗ ਮੈਨੂੰ ਕੋਈ ਨਹੀਂ ਆਂਦੀ ਮੈਂ ਆਪਦੀ ਮਰਜ਼ੀ ਨਾਲ ਛੂਰੀ ਨਾਲ ਇਹਦਾ ਡਿਜ਼ਾਈਨਿੰਗ ਬਣਾ ਲਿਆ ਤੁਸੀਂ ਵੀ ਆਪਦੀ ਮਰਜ਼ੀ ਨਾਲ ਜਿਹੜੇ ਤੁਹਾਡੇ ਮਾਈਂਡ 'ਚ ਡਿਜ਼ਾਈਨਿੰਗ ਚੱਲ ਰਹੀ ਹੋਏਗੀ ਨਾ ਉਹੀ ਬਣਾ ਲਿਓ ਅੱਜ ਕੱਲ ਤਾਂ ਸ਼ੇਪਾਂ ਵੀ ਚਲੀਆਂ ਹੋਈਆਂ ਵਾ ਬਿਸਕਟ ਦੇ ਉੱਤੇ ਨਾ ਸ਼ੇਪਸ ਨਾਲ ਡਿਜ਼ਾਈਨਿੰਗ ਕਰ ਸਕਦੇ ਆ ਲੇਕਿਨ ਆਪਾਂ ਹੁਣ ਕੀ ਪੈਸੇ ਖਰਚ ਕਰੀਏ ਅੱਲਾ ਨੇ ਹੱਥ ਕਾ ਦੇ ਵਾਸਤੇ ਦਿੱਤੇ ਆ ਤੇ ਦਿਮਾਗ ਕਾ ਦੇ ਵਾਸਤੇ ਤਾਂ ਆਪਦਾ ਦਿਮਾਗ ਚਲਾਓ ਤੇ ਡਿਫਰੈਂਟ ਡਿਜ਼ਾਈਨਿੰਗ ਬਣਾਓ ਥਿਸ ਇਜ਼ ਆ ਕ੍ਰੀਏਟੀਵਿਟੀ ਪਹਿਲਾ ਜਿਹੜਾ ਮੈਂ ਬਿਸਕੁਟ ਬਣਾਇਆ ਉਹ ਉਤੇ ਡੱਬੀਆਂ ਵਾਲਾ ਡਿਜ਼ਾਈਨ ਬਣਾਤਾ ਪਹਿਲਾਂ ਸਿੱਧੀਆਂ ਲਾਈਨ ਡਰਾ ਕਰਤੀਆਂ ਫਿਰ ਉਹਦੇ ਆਪੋਜ਼ਿਟ ਕਰਤੀਆਂ ਤੇ ਆਹ ਸਿੱਧੀਆਂ ਲਾਈਨਾਂ ਡਰਾ ਕਰਕੇ ਉਹ ਥੋੜੀਆਂ ਤਿਰਛੀਆਂ ਕਰਤੀਆਂ ਤੇ ਇਹਦੀ ਡਿਜ਼ਾਈਨਿੰਗ ਥੋੜੀ ਮੁxtਲਿਫ ਹੋ ਗਈ ਹੈ ਸੇਮ ਮਿਲਦੀ ਜਲਦੀ ਹੈ ਲੇਕਿਨ ਦੇਖੋ ਡਿਜ਼ਾਈਨਿੰਗ ਥੋੜਾ ਨਾ ਫਰਕ ਆ ਗਿਆ ਵਾ ਤੇ ਇਹ ਥੋੜਾ ਦਿਮਾਗ ਦਾ ਕੰਮ ਆ ਕਿ ਥੋੜਾ ਸਾ ਦਿਮਾਗ ਚਲਾਓ ਤੇ ਡਿਜ਼ਾਈਨਿੰਗ ਬਣਾਓ ਨੈਕਸਟ ਬਿਸਕੁਟ ਜਿਹੜਾ ਵਾ ਉਹ ਥੋੜਾ ਸਿੰਪਲ ਬਣਾ ਲਾਂਗੇ ਸਾਦਾ ਲਾਈਨਸ ਲਗਾ ਲਾਂਗੇ ਯਹਾਂ ਪੇ ਮਿਕਸਚਰ ਕਟਲਾ ਕਰਤਾ ਥੋੜਾ ਸੋਰ ਲਗਾ ਕੇ ਪੇੜਾ ਵੱਡਾ ਕਰ ਲਿਆ ਇਹਨੂੰ ਗੋਰ-ਗੋਰ ਕਮਾ ਕੇ ਟਿੱਕੀ ਬਣਾ ਲਾਂਗੇ ਉਸ ਤੋਂ ਬਾਅਦ ਇਹਦੇ ਉੱਤੇ ਡਿਜ਼ਾਈਨਿੰਗ ਬਣਾ ਲਾਂਗੇ ਅੱਜਕੱਲ ਫੇਰ ਮੇਰੇ ਅੰਦਰ ਨਾ ਬੇਕਿੰਗ ਦਾ ਪੂਤ ਸਵਾਰ ਹੋਇਆ ਹੋਇਆ ਵਾ ਹੁਣ ਮੈਂ ਵੀ ਤੁਹਾਨੂੰ ਬੇਕਿੰਗ ਸਿਖਾ ਕੇ ਛੱਡਾਂਗੀ ਐਸ ਵਾਸਤੇ ਮੈਂ ਤੁਹਾਡੇ ਲਈ ਨਾ ਹੁਣ ਆਏ ਦਿਨ ਬੇਕਿੰਗ ਲੈ ਕੇ ਆਇਆ ਕਰਾਂਗੇ ਬਿਸਕੁਟ ਹੋਏ ਕੇਕ ਹੋਏ ਜਾਂ ਸਮਥਿੰਗ ਐਲਸ ਤੁਹਾਨੂੰ ਮੈਂ ਨਾ ਲਾਜ਼ਮੀ ਸਿਖਾਣਾ ਵਾ ਵੈਸੇ ਵੀ ਤੁਹਾਡੇ ਨਾਲ ਨਾ 베ਕਿੰਗ ਦੀ ਉਹੀ ਰੈਸਪੀ ਸੇਅਰ ਕਰਾਂਗੀ ਜਿਹੜੇ ਘਰ ਦੇ ਇੰਗਰੀਡੀਐਂਟਸ ਨਾਲ इजीली ਬਣ ਸਕੇ ਰੈਸਪੀ ਮੈਨੂੰ ਇੱਕ ਬਹੁਤ ਜ਼ਿਆਦਾ ਰਿਕਵੈਸਟ ਆ ਰਹੀ ਸੀ ਕਿ ਰਸ ਮਲਾਈ ਕੀ ਰੈਸਪੀ ਸ਼ੇਅਰ ਕਰੇ ਉਹਨਾਂ ਦੇ ਨਾਲ ਚਾ ਮੇਰਾ ਹੱਥ ਥੋੜਾ ਠੀਕ ਨਹੀਂ ਸੀ ਹੈ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਸਰਜੀ ਹੋਈ ਸੀ ਲੇਕਿਨ ਅਲਹਮਦੁਲਿਲਾ ਹੁਣ ਮੈਨਾਂ ਕੁਕਿੰਗ ਕਰ ਲੈਨੀ ਆ ਤੇ ਕਾਫੀ ਬਿਹਤਰ ਆ ਤੇ ਮੈਂ ਇਨਸ਼ਾਅੱਲਾ ਇਨਸ਼ਾਅੱਲਾ ਤੁਹਾਡਾ ਨਾ ਇਹ ਵੀ ਰੈਸਪੀ ਰਸਮਲਾਇ ਦੀ ਸ਼ੇਅਰ ਕਰਾਂਗੀ ਰਸਮਲਾਇ ਦੇ ਵੈਸੇ ਬਹੁਤ ਸੇ ਮੈਥਡ ਆ ਕੁਝ ਲੋਕ ਬ੍ਰੈਡ ਨਾਲ ਵੀ ਬਣਾਉਂਦੇ ਆ ਕੁਝ ਲੋਕ ਖੁਸ਼ਕ ਦੁੱਧ ਮਿਲਕ ਪਾਊਡਰ ਜਿਹੜਾ ਹੁੰਦਾ ਉਹਦੇ ਨਾਲ ਵੀ ਬਣਾਉਂਦੇ ਆ ਤੇ ਜਿੱਦਾਂ ਤੁਸੀਂ ਕਹੋਗੇ ਉਦਾਂ ਦੀ ਫਿਰ ਰੈਸਪੀ ਤੁਹਾਡਾ ਨਾਲ ਸ਼ੇਅਰ ਕਰ ਦਾਂਗੀ ਦੋ ਦੋ ਬਿਸਕਟ ਨਾਲ ਮੈਂ ਕੋਸ਼ਿਸ਼ ਕੀਤੀ ਆ ਕਿ ਸੇਮ ਰੱਖਾਂ ਯਾਨੀ ਕਿ ਦੋ ਦੀ ਡਿਜ਼ਾਈਨਿੰਗ ਸੇਮ ਦੋ ਦੀ ਡਿਜ਼ਾਈਨਿੰਗ ਸੇਮ ਕਿਉਂਕਿ ਇੰਨੇ ਆਈਡੀਆਜ਼ ਮੇਰੇ ਵੀ ਮਾਈਂਡ 'ਚ ਨਹੀਂ ਹੈ ਜੋ ਜੋ ਮੇਰੇ ਮਾਈਂਡ 'ਚ ਆ ਰਿਹਾ ਸੀ ਉਹ ਉਹ ਮੈਂ ਡਿਜ਼ਾਈਨਿੰਗ ਕਰ ਤੇ ਤੁਸੀਂ ਇੱਕ ਹੀ ਡਿਜ਼ਾਈਨਿੰਗ ਸਾਰੇ ਬਿਸਕਟਾਂ ਤੇ ਕਰ ਸਕਦੇ ਹੋ ਇਵਨ ਕਿ ਤੁਸੀਂ ਪਲੇਨ ਵੀ ਬਿਸਕਟ ਰੱਖ ਸਕਦੇ ਹੋ ਪਲੇਨ ਯਾਨੀ ਕੁਝ ਵੀ ਡਿਜ਼ਾਈਨਿੰਗ ਨਹੀਂ ਕਰ ਸਕਦੇ ਅਗਰ ਤੁਹਾਨੂੰ ਨਹੀਂ ਡਿਜ਼ਾਈਨਿੰਗ ਆਰਦੀ ਵੈਸੇ ਕੌਨਸਾ ਨੰਗਨੇ ਨਹੀਂ ਹੈ ਵੈਸੇ ਵੀ ਨੰਗ ਜਾਏਗੇ ਲਾਜ਼ਮੀ ਟਰਾਈ ਕਰਿਓ ਬਹੁਤ ਹੀ ਈਜ਼ੀ ਰੈਸਿਪੀ ਹੈ ਕਰਦੇ ਇਨਗਰੀਡੀਅੰਟਸ ਨਾਲ ਜਟਪਟ ਤੁਸੀਂ ਬਣਾ ਸਕਦੇ ਆ ਉਹ ਵੀ ਵਿਦਆਊਟ ਅਵਨ ਆਪਾਂ ਪਤੀਲੇ 'ਚ ਹੀ ਬੇਕ ਕਰਾਂਗੇ ਉਹ ਵੀ ਕੁਇਕ ਮੈਥਡ ਦੇ ਨਾਲ ਤੇ ਸਾਰੇ ਬਿਸਕਟ ਆਪਣੇ ਰੈਡੀ ਹੋ ਗਏ ਜਿੰਨਾ ਮਿਕਸਰ ਸੀ ਉਹ ਮੈਂ ਵੈਸੇ ਵੱਡੇ ਸਾਈਜ਼ ਦੇ ਬਿਸਕਟ ਰੱਖਿਆ ਤੁਸੀਂ ਛੋਟੇ ਸਾਈਜ਼ ਦੇ ਵੀ ਰੱਖ ਸਕਦੇ ਹੋ ਹੁਣ ਕੋٹنگ ਕਰਾਂਗੇ ਕੋٹنگ ਤੁਸੀਂ ਆਪ ਦੀ ਮਰਜ਼ੀ ਦੀ ਕਰ ਸਕਦੇ ਆ ਮੈਂ ਨਾ ਇੱਥੇ ਥੋੜਾ ਜਿਹਾ ਦੁੱਧ ਲਿਆਵਾ ਉਹ ਚੀ ਚੀਨੀ ਪਾਤੀ ਆ ਪਾਊਡਰ 슈ਗਰ ਹੀ ਬਚ ਗਈ ਸੀ ਪੋਰਾ ਉਹੀ ਵਿੱਚ ਸ਼ਾਮਲ ਕੀਤਾ ਤੇ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਨਾ ਇਹਦੀ ਆਪਾਂ ਕੋٹنگ ਕਰਾਂਗੇ ਬਿਸਕਟਾਂ ਦੇ ਉੱਪਰ ਇਸ ਤੋਂ ਇਲਾਵਾ ਤੁਸੀਂ ਅੰਡੇ ਦੀ ਜ਼ਰਦੀ ਲੈ ਕੇ ਨਾ ਉਹਦੀ ਵੀ ਕੋٹنگ ਕਰ ਸਕਦੇ ਆ ਅਗਰ ਨਾ ਵੀ ਕਰੋਗੇ ਕੋਈ ਮਸਲਾ ਨਹੀਂ ਹੈ ਸਕਿਪ ਵੀ ਕਰ ਸਕਦੇ ਆ ਇਕਿਨ ਮੈਂ ਹਲਕਾ ਹਲਕਾ ਦੁੱਧ ਲਗਾ ਰਹੀ ਆ ਇਹਦੇ ਨਾਲ ਬਿਸਕਟ ਜਰਾ ਸ਼ਾਈਨ ਕਰਨਗੇ ਇਹਨਾਂ ਦੇ ਲੁੱਕ ਵੀ ਅੱਛੀ ਨਜ਼ਰ ਆਏਗੀ ਤੇ ਸਾਰੇ ਬਿਸਕਟਾਂ ਤੇ ਲਗਾਉਣ ਤੋਂ ਬਾਅਦ ਕੰਮ ਹਜੇ ਤੇ ਖਤਮ ਨਹੀਂ ਹੋਇਆ ਇਸ ਤੋਂ ਇਲਾਵਾ ਮੈਂ ਥੋੜੇ ਜਿਨਾ ਡਰਾਈ ਫਰੂਟ ਵੀ ਲਗਾਵਾਂਗੀ ਉੱਪਰ ਮੈਂ ਬਦਾਮ बस ਕੱਟ ਕੇ ਉਹ ਲਗਾਵਾਂਗੀ ਬਦਾਮ ਮੈਂ ਕੱਟ ਲਿਆ ਸਜੇ ਸਵਰੇਨਾ ਜਰਾ ਸੋਹਣੇ ਲੱਗਦੇ ਆ ਬਿਸਕਟ ਤੇ ਨੀਤਾ ਘਰੇ ਲੁਗਰੇ ਲੁ ਲੱਗਣਗੇ ਘਾਰੀ ਬਣਾਏ ਆ ਤੁਸੀਂ ਇਦਾਂ ਕੁਇਕ ਬਣਾ ਕੇ ਪ੍ਰੋਣੇ ਅੱਗੇ ਵੀ ਰੱਖ ਸਕਦੇ ਹੋ ਤੇ ਉਹਨਾਂ ਨੂੰ ਵੀ ਬਹੁਤ ਪਸੰਦ ਆਣਗੇ ਕੋਕੋ ਬੰਦੀ ਬਹੁਤ ਮਜ਼ੇਦਾਰ ਐਕਚੁਅਲੀ ਅਜ ਕੱਭਾ ਬੇਨੇ ਬਣਾਏ ਸੀ ਨਾ ਲਾਸਟ ਟਾਈਮ ਤੇ ਬਿੰ ਬਹੁਤ ਮਜ਼ਾ ਆਇਆ ਸੀ ਮੈਂ ਕਿਹਾ ਹੁਣ ਮੈਂ ਖੁਦ ਹੀ ਘਾਰ ਬਣਾਵਾਂਗੀ ਨਾਲੇ ਮੈਂ ਅੱਗੇ ਸੋਹਣਿਆ ਪੈਣਾ ਰੈਸਪੀ ਵੀ ਸ਼ੇਅਰ ਕਰ ਦਾਂਗੀ ਤੇ ਵਾਕਈ ਮੈਂ ਜਿਹੜੇ ਮੈਂ ਬਣਾਏ ਸੀ ਨਾ ਮੂੰਹ ਨਹੀਂ ਸੀ ਲੱਤ ਤੇ ਬਹੁਤ ਹੀ ਮਜ਼ੇਦਾਰ ਸੀਗੇ ਪਤਿਲਾ ਤੇ ਨਾ ਜਸਟ ਮੈਂ ਹਾਂਡੀਆਂ ਵਾਲਾ ਸਟੈਂਡ ਹੀ ਰੱਖਿਆ ਹੋਆ ਤੇ ਪਤਿਲਾ ਪ੍ਰੀ ਹੀਟ ਕਰ ਲੈਣਾ ਵਾ ਉਸ ਤੋਂ ਬਾਅਦ ਬਿਸਕਟਾਂ ਵਾਲੇ ਟ੍ਰੇ ਰੱਖ ਦੇਣੀ ਆ ਟੈਂਪਰੇਚਰ ਤੁਸੀਂ ਇਹ ਕਰਨਾ ਵਾ ਕਿ ਪ੍ਰੀ ਹੀਟ ਕਰਨ ਤੋਂ ਬਾਅਦ ਜਦੋਂ ਬਿਸਕਟ ਰੱਖ ਦੋਗੇ ਨਾ ਤੁਸੀਂ ਮੀਡੀਅਮ ਟੂ ਲੋ ਫਲੇਮ ਕਰ ਦੇਣਾ ਤੇ 40 ਮਿੰਟ ਵਾਸਤੇ ਨਿਛੇੜ ਨਾ ਨਹੀਂ 35 ਮਿੰਟ ਬਾਅਦ ਤੁਸੀਂ ਚੈੱਕ ਕਰ ਲੈਣਾ ਵਾ ਅਗਰ ਕਸਰ ਹੋਈ ਤੇ ਤੁਸੀਂ 5-10 ਮਿੰਟ ਹੋਰ ਦੇ ਦੇਣੇ ਲੇਕਿਨ ਮੈਂ 40 ਮਿੰਟ ਬਾਅਦ ਖੋਲਿਆ ਸੀ ਤੇ ਐਗਜ਼ੈਕਟ ਯਾਨੀ ਕਿ ਰੈਡੀ ਸੀ ਪਰਫੈਕਟ ਰੈਡੀ ਸੀ ਆਪ ਇਸ ਕਰਾਂ ਦੇ ਫਾਈਨਲ ਲੁੱਕ ਆ ਤੁਸੀਂ ਕਲਰ ਵੀ ਦੇਖ ਸਕਦੇ ਆ ਜਿੱਦਾ ਬਾਜ਼ਾਰ ਵਾਲੇ ਬਿਸਕਟ ਸੇਮ ਉਦਾਂ ਦੇ ਹੀ ਬਨੇ ਆ ਤੇ ਬਹੁਤ ਹੀ ਕ੍ਰਿਸਪੀ ਬਿਸਕਟ ਬਨੇ ਸੀਗੇ ਤੇ ਖਾਣ ਚ ਵੀ ਬਹੁਤ ਡੇਲੀਸ਼ੀਅਸ ਸੀ ਕਲਰ ਤੁਸੀਂ ਦੇਖੋ ਕਿੱਡਾ ਜ਼ਬਰਦਸਤ ਗੋਲਡਨ ਗੋਲਡਨ ਕਲਰ ਆਇਆ ਵਾ ਮੈਂ ਖਾ ਤੋੜ ਕੇ ਵੀ ਖਾਦਾ ਵੇਖੋ ਕਿੱਡੇ ਕ੍ਰਿਸਪੀ ਤੇ ਕਰੰਚੀ ਬਨੇ ਆ ਰੱਖਣ ਨੂੰ ਮੇਰਾ ਦੇਲੇ ਨਹੀਂ ਕਿਤਾ ਸਿੱਧਾ ਮੈਂ ਮੂੰਹ ਚ ਪਾ ਕੇ ਬਿਸਕਟ ਦਾ ਪੀਸ ਨਿਗਲ ਲਿਆ ਵਾ ਕਲਰ ਬਹੁਤ ਜ਼ਬਰਦਸਤ ਆਇਆ ਸੀਗਾ ਤੇ ਬਾਜ਼ਾਰ ਨਾਲੋਂ ਘਟਨੇ ਸੀਗੇ ਸਿਰਫ ਤਿੰਨ ਇੰਗਰੀਡੀਅੰਟਸ ਘਰ ਦੇ ਹੀ ਇੰਗਰੀਡੀਅੰਟਸ ਨਾਲ ਆਪਾ ਬਣਾ ਸਕਦੇ ਆ ਕੁਇਕ ਨੈਕਸਟ ਟਾਈਮ ਤਾਂ ਕੋਈ ਗੈਸਟ ਵਗੈਰਾ ਆਏ ਤਾਂ ਤੁਸੀਂ ਘਰ ਹੀ ਬੰਦਾਈਓ ਕੁਇਕ ਰੈਸਪੀ ਐ ਆਟਾ ਚੀਨੀ ਕਿਉ ਹੋ ਚਾਹੀਦਾ ਵਾ ਤੇ ਐ ਫਟਾਫਟ ਹਰ ਬਿਸਕਟ ਬਣ ਜਾਂਦੇ ਤੇ ਉਹ ਵੀ ਮੂਹੋਂ ਨਹੀਂ ਲੱਤਦੇ ਤੇ ਤੁਹਾਡੇ ਮਹਿਮਾਨ ਵੀ ਤੁਹਾਡੀਆਂ ਤਰੀਫਾਂ ਕਰਨਗੇ ਕਿ ਵਾ ਪਿਆਰੀ ਅਸਮਨ ਕੀ ਰੈਸਪੀ ਦੀ ਐ ਬਿਸਕਟ ਤਾਂ ਆਪਾਂ ਬਣਾ ਲਿਆ ਲੇਕਿਨ ਹੁਣ ਜ਼ਿਆਨ ਨੂੰ ਟੇਸਟ ਕਰਵਾ ਕੇ ਉਹਦਾ ਫੀਡਬੈਕ ਵੀ ਲਾਂਗੀ ਮੈਂ ਉਹਨੂੰ ਕਹਿਆ ਸੀ ਸਹੀ ਸਹੀ ਫੀਡਬੈਕ ਦੇਣਾ ਵਾ ਨਹੀਂ ਤਾਂ ਮੈਂ ਕੁੱਟਾਂਗੀ ਵੀ ਜ਼ਿਆਨ ਟੇਸਟ ਕਰਕੇ ਬਤਾਓ ਕਿਵੇਂ ਬਨੇ ਆ ਬਾਈਟ ਪਾ ਲੈ ਲੇ तो मैं ज्यान सिखाया कि ऊंची आवाज़ में कहना है कि बहुत यमी बने हैं पहला तो आवाज़ नहीं बचे की निकली मैं कहा ऊँची बोलो सबको बताओ कि बहुत यमी बने हैं इतने ही हूँ करते हैं भी लोग एंड उम्मीद है तक अज की रैसिपी वी लगी होएगी मिलेंगे नैक्सट रैसिपी के आप बहुत सारा ख्याल रखे जी अल्लाह हाफीज़